ਸੀ ਇਹ ਕਹਿੰਦੇ ਹੁੰਦੇ ਸੀ ਕਿ ਪਾਰਟੀ ਦਾ ਜਲੂਸ ਨਿਕਲ ਗਿਆ, ਹੁਣ ਇਹ ਪਾਰਟੀ ਮਤਲਬ ਕਾਮਯਾਬ ਨਹੀਂ ਹੋਏਗੀ। ਇਹ ਜਿਹੜਾ ਨਤੀਜਾ ਦੇਸ਼ ਦੇ ਪੱਖ ਤੋਂ ਮਾੜਾ ਨੇਗਾ। ਉੱਥੇ ਕੇਜਰੀਵਾਲ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਜਿਹਨਾਂ ਨੇ ਇੰਟਰਫੇਅਰ ਕਰਕੇ ਖਰਾਬ ਕੀਤਾ, ਉਹਨਾਂ ਦੀ ਹਕੂਮਤ ਸਹੀ ਨਹੀਂ ਸੀ ਜਾਂ ਤੁਹਾਡੀ ਪਾਰਟੀ ਦੇ ਵਿੱਚ ਲੀਡਰਸ਼ਿਪ ਸਹੀ ਨਹੀਂ ਸੀ, ਤਾਂ ਉਹੀ ਥਰੇਡ ਸਿੱਟਾ ਲੈ ਗਏ ਨਾ। ਦਿੱਲੀ ਦਾ ਨਜ਼ਰੀਆ ਹੋਰ ਹੈ ਲੋਕਾਂ ਦਾ, ਇਹਨਾਂ ਦਾ ਦਿੱਲੀ ਦੇ ਪ੍ਰਤੀ ਨਜ਼ਰੀਆ ਹੋਰ ਹੈ। ਇਹ ਪੰਜਾਬ ਦੇ ਪ੍ਰਤੀ ਵਫ਼ਾਦਾਰ ਹੀ ਨਹੀਂ ਸੀਗੇ। ਜੇ ਪੰਜਾਬ ਦੇ ਪ੍ਰਤੀ ਓਨੈਸਟ ਹੁੰਦੇ ਤਾਂ ਪੰਜਾਬ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਪੇਸ਼ ਕਰਦੇ। ਸੁਖਪਾਲ ਸਿੰਘ ਖਹਿਰਾ ਦਿੱਲੀ ਦੀ ਜਿੱਤ ਤੋਂ ਖੁਸ਼ ਨੇ? ਫੇਅਰਲੀ ਕਹਾਂਗੇ ਇਹ ਦੇਸ਼ ਦੇ ਹਿੱਤ ਵਿੱਚ ਹੋਇਆ ਇਹ ਨਤੀਜਾ। ਕੇਜਰੀਵਾਲ ਆਪਣੇ ਕੰਮਾਂ ਕਰਕੇ ਜਿੱਤੇ ਲੱਗਦੇ ਨੇ ਜਾਂ ਬੀਜੇਪੀ ਦੀ ਕਮਜ਼ੋਰੀ ਕਰਕੇ? ਉਹੀ ਕੇਜਰੀਵਾਲ ਨੇ ਉੱਥੇ ਕੀਤਾ, ਉਹੀ ਲੋਕ ਇੱਥੇ ਨੇ। ਕੇਜਰੀਵਾਲ ਨੂੰ ਤੁਸੀਂ ਇੱਥੇ ਵੀ ਐਕਸੈਪਟ ਕਰ ਲਓ ਥੋੜ੍ਹਾ। ਨਹੀਂ, ਇੱਦਾਂ ਕਿੱਦਾਂ ਐਕਸੈਪਟ ਕਰੀਏ, ਤੁਰੇ ਜਾਂਦੇ ਐਕਸੈਪਟ ਕਰ ਲਈਏ। ਦੇਖੋ ਇੱਥੇ ਅਗਰ ਅਸੀਂ ਰਾਜਨੀਤੀ 'ਚ ਆ, ਅਸੀਂ ਕੋਈ ਧੰਦਾ ਕਰਨ ਲਈ ਥੋੜ੍ਹਾ ਆਏ ਹੋਏ ਹਾਂ। ਜਿੱਤ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦਾ ਸਟਰੋਂਗ ਹੋ ਗਿਆ, ਅਤੇ ਜਿਹੜੇ ਨਿਕਲ ਗਏ ਉਹ ਲੋਕ ਪਛਤਾਉਂਦੇ ਹੋਣਗੇ। ਕੋਈ ਪਛਤਾਵਾ ਨਹੀਂ, ਸਾਨੂੰ ਕਾਹਦਾ ਪਛਤਾਵਾ ਹੈਗਾ ਵਾ, ਨਾਲੇ ਇੱਥੇ ਕਿਹੜਾ ਹਲੇ ਬਹੁਤ ਵਾਜੇ ਵੱਜ ਰਹੇ ਨੇ। ਦਿੱਲੀ ਦਾ ਮਾਡਲ ਤੁਸੀਂ ਪੰਜਾਬ 'ਤੇ ਥੋੜ੍ਹਾ ਰੈਪਲੀਕੇਟ ਕਰ ਸਕਦੇ ਹਾਂ। ਤੁਸੀਂ ਵੀ ਆਸ ਰੱਖਦੇ ਹੋ ਕਿ ਬੁਲਾਉਣਗੇ ਤੁਹਾਨੂੰ ਜਾਂ ਚਾਹੁੰਦੇ ਹੋ? ਨਹੀਂ ਲੱਗਦਾ ਐਡੇ ਫਰਾਕ 'ਤੇ ਲੈ ਗਏ ਨੇ। ਕਹਿੰਦੇ ਨੇ ਇਕੱਠੇ ਕਰ ਲਾਂਗੇ ਬੰਦਿਆਂ ਨੂੰ ਸਾਰੇ ਜਿਹੜੇ ਗਏ ਨੇ, ਪਰ ਸੁਖਪਾਲ ਖਹਿਰਾ ਨੂੰ ਤਾਂ ਕਿਸੇ ਕੀਮਤ 'ਤੇ ਨਹੀਂ। ਅਤੇ ਮੈਂ ਕਦੋਂ ਕਿਹਾ ਕਿ ਮੇਰੀਆਂ ਬਹੁਤ ਬਾਹਾਂ ਅੱਕੜੀਆਂ, ਮੈਂ ਕਿਹਾ ਕਦੇ? ਦੋ ਲੀਡਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ 'ਚ ਪੂਰਾ ਕਰੰਟ ਸੀ, ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ, ਦੋਨੇ ਹੁਣ ਕਿਸੇ ਖੁੰਝੇ ਜਿਹੇ 'ਚ ਬੈਠੇ ਨੇ, ਆਪਸ 'ਚ ਗੱਲ ਹੁੰਦੀ ਹੈ। ਮਾਨ ਮੁੱਖ ਮੰਤਰੀ ਬਣਨਾ ਚਾਹੁੰਦੇ ਤੁਸੀਂ ਕਹਿੰਦੇ? ਚਲੋ ਬਣ ਜਾਣ, ਮੈਂ ਕਦੇ ਰੋਕਿਆ ਕਿਸੇ ਨੂੰ? ਇਹ ਤਾਂ ਫਿਰ ਕੇਜਰੀਵਾਲ ਨੂੰ ਉਹਦਾ ਜੇ ਭਗਵੰਤ 'ਤੇ ਭਰੋਸਾ ਸੀਗਾ ਤਾਂ ਫਿਰ ਭਗਵੰਤ ਦਾ ਨਾਮ ਕਿਉਂ ਨਹੀਂ ਪ੍ਰੋਜੈਕਟ ਕੀਤਾ ਅਰਵਿੰਦ ਕੇਜਰੀਵਾਲ ਨੇ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ, ਡੇਲੀ ਪੋਸਟ ਪੰਜਾਬੀ 'ਤੇ ਤੁਹਾਡਾ ਸਵਾਗਤ ਹੈ। ਸੁਖਪਾਲ ਖਹਿਰਾ, ਤੁਹਾਨੂੰ ਜਾਣਕਾਰੀ ਦੇਣ ਦੀ ਲੋੜ ਨਹੀਂ ਇਸ ਨਾਮ ਬਾਰੇ। ਸੁਖਪਾਲ ਖਹਿਰਾ ਨੂੰ ਤੁਸੀਂ ਜਾਣਦੇ, ਉਹਨਾਂ ਦੇ ਘਰ ਬੈਠੇ ਹਾਂ। ਅੱਜ ਇਹਨਾਂ ਦੇ ਘਰ ਬੈਠਣ ਦਾ ਹੋਣ ਦਾ ਕਾਰਨ ਇਹ ਹੈ ਕਿ ਦਿੱਲੀ ਦੇ ਵਿੱਚ ਜੋ ਇੱਕ ਵੱਡਾ ਇਤਿਹਾਸ ਰਚਿਆ ਗਿਆ, ਕੇਜਰੀਵਾਲ ਦੁਬਾਰਾ ਉੱਥੇ ਮੁੱਖ ਮੰਤਰੀ ਬਣ ਗਏ ਨੇ। ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਉਹੀ ਪਾਰਟੀ ਹੁੰਦੀ ਸੀ, ਇੱਕ ਵੱਡੇ ਅਹੁਦੇ 'ਤੇ ਵੀ ਰਹੇ ਨੇ, ਲੀਡਰ ਆਫ ਓਪੋਜੀਸ਼ਨ ਵੀ ਰਹੇ ਨੇ, ਔਰ ਬੜਾ ਇਹਨਾਂ ਨੇ ਉਸ ਪਾਰਟੀ ਦੇ ਵਿੱਚ ਹੁੰਦਿਆਂ ਕਾਫੀ ਵਿਵਾਦਾਂ ਦੇ ਵਿੱਚ ਰਹੇ ਨੇ, ਪਰ ਹੁਣ ਉਹ ਪਾਰਟੀ ਦਾ ਹਿੱਸਾ ਆਪਣੇ ਆਪ ਨੂੰ ਨਹੀਂ ਮੰਨਦੇ, ਨਾ ਹੀ ਪਾਰਟੀ ਨੂੰ ਉਹਨਾਂ ਹਿੱਸਾ ਮੰਨਦੀ ਗੱਲਬਾਤ ਕਰ ਲੈਂਦੇ ਆ। ਸੁਖਪਾਲ ਸਿੰਘ ਖਹਿਰਾ ਬੜਾ ਕਹਿੰਦੇ ਹੁੰਦੇ ਸੀ ਜੋਸ਼ ਰੋਸ਼ ਦੇ ਨਾਲ ਵੀ ਪਾਰਟੀ ਹੈ ਜਿਹੜੀ ਇਹ ਖਤਮ ਹੋ ਜਾਏਗੀ, ਪਰ 63 ਸੀਟਾਂ ਲੈ ਕੇ ਦਿੱਲੀ ਦੇ ਵਿੱਚ ਕਾਮਯਾਬ ਹੋਈ ਹੈ, ਗੱਲਬਾਤ ਕਰ ਲੈਂਦੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਸ਼ੁਕਰੀਆ, ਸਭ ਨੂੰ ਫਤਿਹ ਹੈ ਜੀ। ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਪਾਰਟੀ ਦਾ ਜਲੂਸ ਨਿਕਲ ਗਿਆ, ਹੁਣ ਇਹ ਪਾਰਟੀ ਮਤਲਬ ਕਾਮਯਾਬ ਨਹੀਂ ਹੋਏਗੀ। ਪੰਜਾਬ ਲਈ ਕਹਿੰਦਾ ਸੀ ਮੈਂ, ਅੱਜ ਵੀ ਪੰਜਾਬ ਦੇ ਵਿੱਚ ਇਹਨਾਂ ਦਾ ਕੁਛ ਨਹੀਂ ਹੈਗਾ। ਠੀਕ ਹੈ, ਦਿੱਲੀ ਜਿੱਤੇ ਨੇ, ਦਿੱਲੀ ਵਿੱਚ ਇੱਕ ਆਦਮੀ ਨੇ ਆਪਣੀ ਛਵੀ ਦੇ ਬਲ 'ਤੇ ਦਿੱਲੀ ਦੇ ਵੋਟਰਾਂ ਨੂੰ ਵਿਸ਼ਵਾਸ ਪੈਦਾ ਕੀਤਾ। ਕੁਛ ਬੀਜੇਪੀ ਦਾ ਵੀ ਨੈਗੇਟਿਵਿਟੀ ਬਹੁਤ ਜ਼ਿਆਦਾ ਹੋ ਗਈ ਸੀ, ਜਿਸ ਢੰਗ ਦੇ ਨਾਲ ਉਹ ਬਿਲਕੁਲ ਧਰਮ ਦੀ ਰਾਜਨੀਤੀ 'ਤੇ ਬਲੇਟੈਂਟਲੀ ਉੱਤਰ ਆਏ ਸੀਗੇ, ਔਰ ਇਹ ਜਿਹੜਾ ਨਤੀਜਾ ਦੇਸ਼ ਦੇ ਪੱਖ ਤੋਂ ਮਾੜਾ ਨੇਗਾ। ਹੁਣ ਆ ਗਈ ਗੱਲ ਪੰਜਾਬ ਦੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇੱਕ ਗੋਲਡਨ ਓਪਰਚੁਨਿਟੀ ਦਿੱਤੀ ਸੀ 2017 'ਚ, ਲੇਕਿਨ ਅਨਫੋਰਚੁਨੇਟਲੀ ਜਿਹੜੇ ਇਹਨਾਂ ਦੇ ਦਿੱਲੀ ਦੇ ਦੋ ਆਗੂ ਆਏ ਇੱਥੇ, ਉਹਨਾਂ ਨੇ ਆਪਹੁਦਰੀਆਂ ਬਹੁਤ ਕੀਤੀਆਂ, ਔਰ ਉਹ 100 ਸੀਟ ਤੋਂ ਆਣ ਕੇ 20 ਸੀਟਾਂ 'ਤੇ ਡਿੱਗ ਗਏ। ਮੈਂ ਵੀ ਜਦੋਂ ਇਲੈਕਸ਼ਨ ਰਿਜ਼ਲਟ ਆਇਆ, ਮੈਂ ਆਪਣੀ ਹਾਈਕਮਾਂਡ ਜਿਹੜੀ ਉਸ ਵਕਤ ਦਿੱਲੀ ਦੀ ਲੀਡਰਸ਼ਿਪ, ਮੈਂ ਉਹਨਾਂ ਨੂੰ ਕਈ ਵਾਰ ਕੋਸ਼ਿਸ਼ ਕੀਤੀ ਕਿ ਘੱਟੋ ਘੱਟ ਸਮੀਖਿਆ ਤਾਂ ਕਰੋ, ਪਤਾ ਤਾਂ ਕਰੋ ਕਿ ਕੀ ਕਾਰਨ ਹੋਇਆ ਕਿ ਆਪਣਾ ਐਡਾ ਵੱਡਾ ਗ੍ਰਾਫ ਡਿੱਗ ਗਿਆ। ਕੁਛ ਨਾ ਕੁਛ ਤਾਂ ਕੋਈ ਨਾ ਕੋਈ ਤਾਂ ਜ਼ਿੰਮੇਵਾਰ ਹੋਊਗਾ। ਟਿਕਟਾਂ ਗਲਤ ਦਿੱਤੀਆਂ ਗਈਆਂ, ਟਿਕਟਾਂ 'ਚ ਪੈਸਿਆਂ ਦਾ ਰੌਲਾ ਪਿਆ, ਤੁਸੀਂ ਕੋਈ ਆਦਮੀ ਕਿਸੇ 'ਤੇ ਪੰਜਾਬ 'ਤੇ ਯਕੀਨ ਕਰਕੇ ਕਿਸੇ ਦਾ ਚਿਹਰਾ ਹੀ ਨਹੀਂ ਪੇਸ਼ ਕੀਤਾ। ਇਹ ਸਾਰੀ ਗੱਲ ਉਹਨਾਂ ਨੇ ਆਨਾਕਾਨੀ ਕੀਤੀ, ਔਰ ਉਹਨਾਂ ਨੇ ਕੋਈ ਯਤਨ ਨਹੀਂ ਕੀਤਾ ਕਿ ਸਾਡੇ ਤੋਂ ਕੋਈ ਗਲਤੀ ਹੋਈ ਆ। ਉਹਦਾ ਨਤੀਜਾ ਜਿਹੜਾ ਹੈਗਾ ਵਾ ਉਹ ਹੋਇਆ ਕਿ ਪੰਜਾਬ ਦੇ ਵਿੱਚ ਇਹਨਾਂ ਦਾ ਗ੍ਰਾਫ ਹੋਰ ਡਿੱਗਿਆ।
ਲੀਡਰ ਆਫ ਆਪੋਜੀਸ਼ਨ ਪਹਿਲਾਂ ਫੁਲਕਾ ਸਾਹਿਬ ਬਣੇ, ਉਹਨਾਂ ਨੇ ਅੱਛਾ ਕੰਮ ਕੀਤਾ ਆਪਣੇ 6-8 ਮਹੀਨੇ, ਉਹਨਾਂ ਨੂੰ ਬਾਅਦ 'ਚ ਦਿੱਲੀ ਜਾਣਾ ਪਿਆ, ਬਾਅਦ 'ਚ MLAs ਨੇ ਕੰਸੈਂਸਸ ਬਣਾ ਕੇ ਮੈਨੂੰ ਮੌਕਾ ਦਿੱਤਾ। ਅਸੀਂ ਉਦੋਂ ਵੀ ਇੱਕ ਸਾਲ ਇਸ ਪਾਰਟੀ ਦਾ ਗ੍ਰਾਫ ਚੰਗਾ ਚੱਕਤਾ ਸੀਗਾ, ਔਰ ਜੇ ਡਿਸਟਰਬ ਨਾ ਕਰਦੇ ਕੇਜਰੀਵਾਲ ਅਤੇ ਸਿਸੋਡੀਆ ਵਗੈਰਾ ਦਿੱਲੀਓਂ ਇੰਟਰਫੇਅਰ ਨਾ ਕਰਦੇ ਜਾਂ ਪੰਜਾਬ ਦੇ ਲੋਕ ਜਿਹੜੇ ਕਾਨਾਫੂਸੀ ਨਾ ਕਰਦੇ, ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਹੋਰ ਹੋਣਾ ਸੀਗਾ। ਹਲੇ ਸਿਰਫ ਦਿੱਲੀ ਦਾ ਯੂਫੋਰੀਆ ਵਾ, ਹਲੇ ਸਿਰਫ ਦਿੱਲੀ ਦੀ ਖੁਸ਼ੀ ਹੈ। ਉਸੇ ਕੇਜਰੀਵਾਲ ਜੀ ਨੂੰ ਤੁਸੀਂ ਕਹਿੰਦੇ ਹੋ ਵੀ ਜਿਹਨਾਂ ਨੇ ਇੰਟਰਫੇਅਰ ਕਰਕੇ ਖਰਾਬ ਕੀਤਾ, ਉਹਨਾਂ ਦੀ ਹਕੂਮਤ ਸਹੀ ਨਹੀਂ ਸੀ ਜਾਂ ਤੁਹਾਡੀ ਪਾਰਟੀ ਦੇ ਵਿੱਚ ਲੀਡਰਸ਼ਿਪ ਸਹੀ ਨਹੀਂ ਸੀ, ਤਾਂ ਉਹੀ ਤ੍ਰੇਡ ਸਿੱਟਾ ਲੈ ਗਏ ਨਾ ਉੱਥੇ। ਉਹ ਤਾਂ ਦਿੱਲੀ ਲਈ ਨਾ, ਦਿੱਲੀ ਲਈ ਉਹਨਾਂ ਦਾ ਜਿਹੜਾ ਉਹੀ ਮਤਲਬ ਲੀਡਰ ਤਾਂ ਉਹ ਮੰਨੇ ਗਏ ਨਾ, ਦਿੱਲੀ ਨੇ ਐਕਸੈਪਟ ਕੀਤਾ, ਲੋਕ ਤਾਂ ਉੱਦਾਂ ਦੇ ਹੁੰਦੇ, ਉਹੀ ਜਿਹੀਆਂ ਡਿਮਾਂਡਾਂ ਹੁੰਦੀਆਂ ਲੋਕਾਂ ਦੀਆਂ। ਦਿੱਲੀ ਦਾ ਨਜ਼ਰੀਆ ਹੋਰ ਹੈ ਲੋਕਾਂ ਦਾ, ਇਹਨਾਂ ਦਾ ਦਿੱਲੀ ਦੇ ਪ੍ਰਤੀ ਨਜ਼ਰੀਆ ਹੋਰ ਹੈ, ਇਹ ਪੰਜਾਬ ਦੇ ਪ੍ਰਤੀ ਵਫਾਦਾਰੀ ਨਹੀਂ ਸੀਗੇ। ਜੇ ਪੰਜਾਬ ਦੇ ਪ੍ਰਤੀ ਓਨੈਸਟ ਹੁੰਦੇ ਤਾਂ ਪੰਜਾਬ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਪੇਸ਼ ਕਰਦੇ, ਇਹਦਾ ਮਤਲਬ ਦੇ ਹੈਡ ਡਿਸਓਨੈਸਟੀ ਇਨ ਮਾਇੰਡ ਕਿ ਵੋਟਾਂ ਪੈ ਲੈਣ ਦਿਓ। ਅਤੇ ਮਨੀਸ਼ ਸਿਸੋਡੀਆ ਨੇ ਤਾਂ ਇਸ਼ਾਰਾ ਕਰਤਾ ਸੀਗਾ ਕਿ ਕੇਜਰੀਵਾਲ ਵੀ ਬਣ ਸਕਦਾ, ਇਹਦਾ ਮਤਲਬ ਪੰਜਾਬ ਦੇ ਨੂੰ ਐਕਸਪਲੋਇਟ ਕਰਨਾ ਚਾਹੁੰਦੇ ਸੀਗੇ। ਔਰ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਪੋਲੀਟੀਕਲ, ਉਹ ਦਿੱਲੀ ਨਾਲੋਂ ਬਹੁਤ ਅੰਤਰ ਹੈ। ਦਿੱਲੀ ਬੇਸਿਕਲੀ ਇੱਕ ਸਿਟੀ ਸਟੇਟ ਹੈ, ਜਿੱਦਾਂ ਸਿੰਗਾਪੁਰ ਹੈ, ਬਹੁਤ ਆਮਦਨ ਆ, ਟੈਕਸ ਹਰ ਇੱਕ ਆਦਮੀ ਦਿੰਦਾ, GST ਦੀ ਬਹੁਤ ਜ਼ਿਆਦਾ ਕਮਾਈ ਆ, ਰੈਵਨਿਊ ਸਰਪਲਸ ਸਟੇਟ ਆ। ਪੰਜਾਬ ਇਹਦੇ ਮੁਕਾਬਲੇ 'ਤੇ 3 ਲੱਖ ਕਰੋੜ ਦਾ ਕਰਜ਼ਈ ਆ, ਇਕਨੋਮਿਕਲੀ ਰੈਕਟ ਆ, ਮਤਲਬ ਇੱਥੇ ਡਰੱਗਸ ਤੋਂ ਇਲਾਵਾ ਇਹਦੇ 'ਚ ਬਹੁਤ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਹੈ, ਕਿਸਾਨ ਐਗਰੇਰੀਅਨ ਇਕੋਨਮੀ। ਕੇਜਰੀਵਾਲ ਨੂੰ ਜਾਂ ਸਿਸੋਡੀਆ ਹੁਣਾਂ ਨੂੰ ਉਹ ਤਾਂ ਸ਼ਹਿਰ ਵਿੱਚ ਰਾਜ ਕਰ ਰਹੇ ਨਾ, ਉਹਨਾਂ ਨੂੰ ਐਗਰੇਰੀਅਨ ਇਕੋਨਮੀ ਬਾਰੇ ਕੀ ਸਮਝ ਸੀਗੀ। ਸੋ ਇਹ ਜਿਹੜੇ ਪੰਜਾਬ ਦੇ ਮਸਲੇ ਨੇ, ਔਰ ਇਹ ਤੋਂ ਇਲਾਵਾ ਪੋਲੀਟੀਕਲ ਡਿਮਾਂਡ ਆ, ਸਾਡੇ ਪਾਣੀਆਂ ਦਾ ਮਸਲਾ, ਸਾਡਾ ਹਰਿਆਣੇ ਰਾਜਸਥਾਨ ਦਿੱਲੀ ਤਿੰਨਾਂ ਨਾਲ ਝਗੜਾ ਵਾ, ਅਸੀਂ ਤਿੰਨਾਂ ਤੋਂ ਪੈਸੇ ਮੰਗਦੇ ਹਾਂ, ਸਾਡੇ ਪੰਜਾਬੀ ਬੋਲਦੇ ਇਲਾਕੇ ਛੱਡ ਦਿੱਤੇ ਬਾਹਰ, ਸਾਡੀ ਰਾਜਧਾਨੀ ਜਿਹੜੀ ਹੈ ਇਟਸ ਡਿਵੀਜ਼ਨ ਬਿਟਵੀਨ ਚੰਡੀਗੜ੍ਹ ਐਂਡ ਸੋਰੀ ਹਰਿਆਣਾ ਐਂਡ ਪੰਜਾਬ। ਸੋ ਜਿਹੜਾ ਪੰਜਾਬ ਦਾ ਕੋਈ ਜੰਪਲ ਜਾਂ ਪੰਜਾਬ ਦੇ ਜਿਹੜੇ ਆਗੂ ਨੇ, ਜਿੰਨਾ ਦੁੱਖ ਦਰਦ ਪੰਜਾਬ ਦੇ ਲੋਕ ਸਮਝਦੇ ਪੰਜਾਬ ਦੇ ਵਾਸਤੇ, ਉਹ ਕੇਜਰੀਵਾਲ ਐਂਡ ਪਾਰਟੀ ਨਹੀਂ ਨਾ ਸਮਝ ਸਕਦੇ, ਉਹ ਦਿੱਲੀ ਲਈ ਸਮਝਦੇ ਸੀ, ਦਿੱਲੀ 'ਚ ਕਾਮਯਾਬ ਹੋ ਗਏ ਨੇ। ਤੁਸੀਂ ਖੁਸ਼ ਹੋ ਵੈਸੇ ਸੁਖਪਾਲ ਸਿੰਘ ਖਹਿਰਾ ਦਿੱਲੀ ਦੀ ਜਿੱਤ ਤੋਂ ਖੁਸ਼ ਨੇ? ਦੇਖੋ, ਜਦੋਂ ਕੋਈ ਆਦਮੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿੱਤਦਾ ਵਾ ਤਾਂ ਵਧਾਈ ਦੇਣੀ ਤਾਂ ਬਣਦੀ ਹੈ ਨਾ, ਜਿੱਤ ਤਾਂ ਜਿੱਤ ਹੀ ਹੋਈ ਹੈ ਨਾ ਉਹਨਾਂ ਦੀ। ਔਰ ਖੁਸ਼ ਮੈਂ ਇਸ ਪੱਖ ਤੋਂ ਹਾਂ ਕਿ ਜਿਸ ਢੰਗ ਦੇ ਨਾਲ BJP ਨਾ ਬਹੁਤ ਫੰਡਾਮੈਂਟਲਿਸਟ ਇੱਕ ਏਜੰਡੇ 'ਤੇ ਉੱਤਰ ਆਏ ਸੀਗੇ, ਉਹ ਇਸ ਦੇਸ਼ ਦੀ ਰਾਜਨੀਤੀ ਨੂੰ ਪੋਲਰਾਈਜ਼ ਕਰਕੇ ਧਰਮ ਦੇ ਨਾਮ 'ਤੇ ਹਿੰਦੂ ਬਨਾਮ ਮੁਸਲਮਾਨ, ਕੱਲ੍ਹ ਨੂੰ ਹਿੰਦੂ ਬਨਾਮ ਸਿੱਖ ਵੀ ਬਣਾ ਸਕਦੇ ਸੀਗੇ। ਸੋ ਮੈਂ ਜੇ ਫੇਅਰਲੀ ਕਹਾਂ ਕਿ ਇਹ ਦੇਸ਼ ਦੇ ਹਿੱਤ ਵਿੱਚ ਹੋਇਆ ਇਹ ਨਤੀਜਾ, ਠੀਕ ਹੈ ਕੇਜਰੀਵਾਲ ਜਿੱਤਿਆ ਵਾ, ਲੇਕਿਨ ਵੱਡੇ ਜੇ ਆਪਾਂ ਇਹਦਾ ਲਾਰਜਰ ਪ੍ਰੋਸਪੈਕਟ ਦੇਖਾਂਗੇ ਤਾਂ ਦੇਸ਼ ਦੇ ਹਿੱਤ ਵਿੱਚ ਹੋਇਆ। ਕੇਜਰੀਵਾਲ ਆਪਣੇ ਕੰਮਾਂ ਕਰਕੇ ਜਿੱਤੇ ਲੱਗਦੇ ਨੇ ਜਾਂ BJP ਦੀ ਕਮਜ਼ੋਰੀ ਕਰਕੇ? ਨਹੀਂ, ਮੇਰਾ ਖਿਆਲ ਜਿਹੜਾ ਉਹ ਦਿੱਲੀ ਦੇ ਵਿੱਚ ਵਾਧੂ ਦਾ ਬਜਟ ਆ, ਸਰਪਲਸ ਹੈਗੇ ਪੈਸੇ ਸੀਗੇ, ਉਹ ਪੈਸਿਆਂ ਨੂੰ ਐਜੂਕੇਸ਼ਨ ਅਤੇ ਹੈਲਥ ਕੇਅਰ, ਕਿਉਂਕਿ ਹੋ ਕੀ ਰਿਹਾ ਕਿ ਜਿੱਦਾਂ ਪੰਜਾਬ ਵਰਗੀ ਸਟੇਟ ਆ, ਇਹ ਨਹੀਂ ਕਿ ਪੰਜਾਬ ਦੇ ਜਿਹੜੇ ਪਾਰਟੀਆਂ ਨੇ ਉਹ ਐਜੂਕੇਸ਼ਨ ਅਤੇ ਹੈਲਥ ਕੇਅਰ 'ਤੇ ਪੈਸਾ ਲਾਉਣੀਆਂ ਨਹੀਂ ਚਾਹੁੰਦੀਆਂ, ਉਹਨਾਂ ਕੋਲ ਹੈ ਹੀ ਨਹੀਂ ਗਾ। ਤਾਂ ਕੇਜਰੀਵਾਲ ਕੋਲ ਸੀਗਾ, ਉਸਨੇ ਅਕਲਮੰਦੀ ਦੇ ਨਾਲ ਸਕੂਲਸ ਐਜੂਕੇਸ਼ਨ ਔਰ ਹੈਲਥ ਕੇਅਰ 'ਤੇ ਪੈਸੇ ਲਾਏ, ਔਰ ਜਿਹੜਾ ਪੈਸੇ ਹੋਣ ਕਰਕੇ ਬਿਜਲੀ ਪਾਣੀ ਵੀ ਸਬਸਿਡਾਈਜ਼ ਕਰਤੀ, ਕਾਫੀ ਹੱਦ ਤੱਕ ਗਰੀਬਾਂ ਨੂੰ ਰਾਹਤ ਦਿੱਤੀ। ਸੁਖਪਾਲ ਸਿੰਘ ਖਹਿਰਾ, ਫਿਰ ਜਿਹੜੀ ਤੁਹਾਡੀ ਰਾਜਨੀਤੀ ਆ, ਉਹਨੂੰ ਲੋਕ ਜਦੋਂ ਪਸੰਦ ਕਰਦੇ ਨੇ, ਉਹਦੇ ਵਿੱਚ ਇਹ ਕਾਰਨ ਹੁੰਦਾ ਵੀ ਤੁਸੀਂ ਦੂਜੀਆਂ ਮਾਮਲਿਆਂ ਤੋਂ, ਜਿਹੜੇ ਮਾਮਲੇ ਹਿੰਦੂ ਮੁਸਲਮਾਨ ਵਾਲੇ ਤਾਂ ਚਲੋ ਪੰਜਾਬ 'ਚ ਨਹੀਂ ਚੱਲਦੇ, ਹੋਰ ਵੀ ਇੱਦਾਂ ਦੇ ਬਹੁਤ ਮਾਮਲੇ, ਉਹਨਾਂ ਤੋਂ ਹਟ ਕੇ ਤੁਸੀਂ ਗੱਲ ਕਰਦੇ ਰਹਿੰਦੇ ਹੋ ਐਜੂਕੇਸ਼ਨ ਦੀ, ਹਸਪਤਾਲਾਂ ਦੀ ਅਤੇ ਲੋਕਾਂ ਦੇ ਹਿੱਤਾਂ ਦੀ, ਇਹ ਗੱਲ ਤੁਸੀਂ ਕਰਦੇ ਹੋ, ਉਹੀ ਕੇਜਰੀਵਾਲ ਨੇ ਉੱਥੇ ਕੀਤਾ, ਉਹੀ ਲੋਕ ਇੱਥੇ ਨੇ, ਕੇਜਰੀਵਾਲ ਨੂੰ ਤੁਸੀਂ ਇੱਥੇ ਵੀ ਐਕਸੈਪਟ ਕਰ ਲਓ ਥੋੜ੍ਹਾ। ਨਹੀਂ, ਇੱਦਾਂ ਕਿੱਦਾਂ ਐਕਸੈਪਟ ਕਰੀਏ, ਤੁਰੇ ਜਾਂਦੇ ਐਕਸੈਪਟ ਕਰ ਲਈਏ। ਫਸਟ ਲੈਟ ਹਿਮ ਰੀਕਰੈਕਟ ਦੇਅਰ ਮੈਥਡੋਲੋਜੀ, ਤੁਸੀਂ ਇਹ ਥੋੜ੍ਹਾ ਹੈਗਾ ਕਿ ਤੁਸੀਂ ਕਿਸੇ ਚੁਣੇ ਹੋਏ ਬੰਦੇ ਨੂੰ ਜਾਂ ਚੁਣੇ ਹੋਏ ਪੂਰਾ ਲੀਡਰ ਆਫ ਆਪੋਜੀਸ਼ਨ ਦਾ ਇੱਕ ਪੂਰਾ MLAs ਦਾ ਗਰੁੱਪ ਹੈ, ਤੁਸੀਂ ਉਹਨਾਂ ਨੂੰ ਟੈਲੀਫੋਨ ਦੇ ਟਵਿੱਟਰ 'ਤੇ ਗੋਲ ਬਟਨ ਦਬਾ ਕੇ ਲਾ ਦਿਓ,
ਅਸੀਂ ਦੇਖੋ ਇੱਥੇ ਅਗਰ ਅਸੀਂ ਰਾਜਨੀਤੀ 'ਚ ਆ, ਅਸੀਂ ਕੋਈ ਧੰਦਾ ਕਰਨ ਲਈ ਥੋੜ੍ਹਾ ਆਏ ਹੋਏ ਹਾਂ। ਪੋਲੀਟਿਕਸ ਫੋਰ ਮੀ ਇਜ਼ ਨੋਟ ਅ ਪ੍ਰੋਫੈਸ਼ਨ। ਵਾਹਿਗੁਰੂ ਦੀ ਕਿਰਪਾ ਨਾਲ ਜਿੰਨੇ ਕੁ ਮੈਨੂੰ ਰੋਟੀ ਖਾਣ ਪੀਣ ਲਈ ਬਾਇਜ਼ਤ ਜ਼ਿੰਦਗੀ ਲਈ ਚਾਹੀਦੇ ਉਹ ਗੁਰੂ ਸਾਹਿਬ ਨੇ ਦਿੱਤੇ ਹੋਏ ਨੇ। ਸਾਡੇ ਲਈ ਸਭ ਤੋਂ ਪਹਿਲਾਂ ਆਪਣੀ ਸਟੇਟ, ਆਪਣੀ ਭਾਸ਼ਾ, ਆਪਣੇ ਲੋਕ, ਆਪਣੇ ਇਸ਼ੂਜ਼, ਔਰ ਨਾਲ ਦੀ ਨਾਲ ਸਾਡੀ ਸੈਲਫ ਰਿਸਪੈਕਟ। ਇਹ ਥੋੜ੍ਹਾ ਹੋਏਗਾ ਕਿ ਮੇਰੇ ਘਰ 'ਚ ਆਣ ਕੇ ਕੱਲ੍ਹ ਨੂੰ ਮੇਰੀ ਪੱਗ ਲਾ ਦੇਵੇ ਕੋਈ, ਤਾਂ ਮੁੜ ਕੇ ਕਹਿੰਦੀ ਕੋਈ ਨਹੀਂ ਆਪਾਂ ਸੁਲਹਾ ਕਰ ਲੈਂਦੇ ਹਾਂ। ਹਾਂ, ਅਸੀਂ ਪੰਜਾਬ ਦੇ ਵਿੱਚ ਇੱਕ ਤੀਸਰਾ ਬਦਲ ਦੇਖਣਾ ਚਾਹੁੰਦੇ ਹਾਂ। ਅਸੀਂ ਹਤੈਸ਼ੀ ਹਾਂ ਕਿ ਅਸੀਂ ਹਮੈਤੀ ਹਾਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਭਾਜਪਾ ਅਤੇ ਕਾਂਗਰਸ ਦੀਆਂ ਰਵਾਇਤੀ ਜਿਹੜੀਆਂ ਫੇਲ ਹੋ ਚੁੱਕੀਆਂ ਪਾਰਟੀਆਂ, ਇਹਨਾਂ ਦੇ ਮੁਕਾਬਲੇ 'ਤੇ ਇੱਕ ਰਾਜਨੀਤਿਕ ਬਦਲ ਪੰਜਾਬ ਦੇ ਵਿੱਚ ਆਉਣਾ ਚਾਹੀਦਾ। ਉਹ ਰਾਜਨੀਤਿਕ ਬਦਲ ਆਇਆ ਸੀ ਆਮ ਆਦਮੀ ਪਾਰਟੀ ਦਾ, ਖੈਰ ਚਲੋ ਤੁਸੀਂ ਵੀ ਕਈ ਜਗ੍ਹਾ 'ਤੇ ਆਪਣੀ ਜਗ੍ਹਾ 'ਤੇ ਸਹੀ ਹੋਵੋਗੇ, ਕਿਉਂਕਿ ਇੱਕ ਐਡੇ ਵੱਡੇ ਅਹੁਦੇ ਤੋਂ ਲਾਉਣਾ ਉਹ ਵੀ ਇੱਕ ਅਣਖ ਦੇ ਤੌਰ 'ਤੇ ਵੀ ਦੇਖੀਏ ਤਾਂ ਵੱਡੀ ਗੱਲ ਹੈ। ਪਰ ਦੇਖੋ ਇੱਕ ਮਿੰਟ, ਤੁਸੀਂ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਇਹਨਾਂ ਨੇ ਕਿੰਨਾ 2 ਲੱਖ ਦਾ ਇਲਜ਼ਾਮ ਲਾਇਆ ਸੀ, ਕਿੱਥੇ ਨੇ ਉਹ ਚਾਰਜਸ, ਕਿੱਥੇ ਆ ਉਹ ਸਟਿੰਗ? ਦੈਟ ਮੀਨਸ ਦੇ ਵਾ ਹੇਅਰ ਕਿ ਅਸੀਂ ਜਿਹਨੂੰ ਦਿਲ ਕੀਤਾ ਹੈ ਮੱਖੀ ਕਰ ਦਿਆਂਗੇ, ਜਿਹਨੂੰ ਦਿਲ ਕੀਤਾ ਪਾਰਟੀ 'ਚੋਂ ਕੱਢ ਦਿਆਂਗੇ। ਇਹ ਤਾਂ ਮਤਲਬ ਫਿਰ ਦੂਜੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਤਾਨਾਸ਼ਾਹੀ ਵਾਂਗੂ ਰਾਜ ਕਰਦੀਆਂ, ਉਹਨਾਂ 'ਤੇ ਇਹਨਾਂ 'ਚ ਅੰਤਰ ਕੀ ਆ? ਉਹ ਕਹਿੰਦੇ ਵੀ ਉਹ ਪਹਿਲਾਂ ਹਿਲਜੁਲ ਹੋ ਗਈ, ਹੁਣ ਦਿੱਲੀ ਤੋਂ ਜਿੱਤ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦਾ ਸਟਰੋਂਗ ਹੋ ਗਿਆ, ਅਤੇ ਜਿਹੜੇ ਨਿਕਲ ਗਏ ਉਹ ਲੋਕ ਪਛਤਾਉਂਦੇ ਹੋਣਗੇ। ਕੋਈ ਪਛਤਾਵਾ ਨਹੀਂ, ਸਾਨੂੰ ਕਾਹਦਾ ਪਛਤਾਵਾ ਹੈਗਾ ਵਾ? ਨਾਲੇ ਇੱਥੇ ਕਿਹੜਾ ਹਲੇ ਬਹੁਤ ਵਾਜੇ ਵੱਜ ਰਹੇ ਨੇ, ਇੱਦਾਂ ਨਹੀਂ ਹੈਗਾ। ਜੇ ਆਮ ਆਦਮੀ ਵੀ ਅਸਰ ਹੋਊਗਾ, ਕਹਿੰਦੇ ਬਹੁਤ ਅਸਰ ਹੋਊਗਾ ਥੋੜ੍ਹੀ ਦੇਰ ਵਾਸਤੇ ਮੈਂਟਲੀ ਲੋਕਾਂ 'ਤੇ ਅਸਰ। ਹਲੇ 2 ਸਾਲ ਦਾ ਸਮਾਂ ਪਿਆ ਪੰਜਾਬ ਦੇ ਵਿੱਚ, ਤੁਸੀਂ ਐਂ ਕਰਿਓ ਜਿਹੜਾ ਅੱਜ ਨਤੀਜੇ ਦਾ ਅਸਰ ਆ ਇਹਨੂੰ ਆਪਾਂ 1 ਮਹੀਨੇ ਬਾਅਦ ਸਮੀਖਿਆ ਕਰਾਂਗੇ, ਯੂ ਵਿਲ ਕਮ ਟੂ ਨੋ। ਬਿਕੋਜ਼ ਗੱਲ ਕੀ ਹੁੰਦੀ ਹੈ ਕਿ ਪੰਜਾਬ ਦੇ ਵੋਟਰਸ ਨੇ ਆਪਣੇ ਇਸ਼ੂਜ਼ ਦੇਖਣੇ ਨੇ ਨਾ, ਉਹਨਾਂ ਨੂੰ ਦਿੱਲੀ ਦੇ ਦਿੱਲੀ ਦਾ ਮਾਡਲ ਤੁਸੀਂ ਪੰਜਾਬ 'ਤੇ ਥੋੜ੍ਹਾ ਰੈਪਲੀਕੇਟ ਕਰ ਸਕਦੇ ਆ। ਦਿੱਲੀ ਇੱਥੇ ਡਰੱਗਸ ਦਾ ਇਸ਼ੂ ਹੈਗਾ, ਅਤੇ ਡਰੱਗਸ 'ਤੇ ਜਾ ਕੇ ਕੇਜਰੀਵਾਲ ਸਾਹਿਬ ਨੇ ਮਾਫ਼ੀ ਮੰਗ ਲਈ ਬਿਕਰਮ ਮਜੀਠੀਏ ਤੋਂ, ਇਹ ਫੰਡਾਮੈਂਟਲੀ ਗਲਤ ਗੱਲ ਨਹੀਂ ਕੀਤੀ ਸੀਗੀ। ਸੋ ਆਪਣੀਆਂ ਗਲਤੀਆਂ ਨੂੰ ਸੁਧਾਰਨ, ਆਪਣੇ ਟੇਵਰ ਬਦਲਣ, ਲੋਕਾਂ ਦੀ ਇੱਜ਼ਤ ਜਿਹੜੇ ਵੀ ਭਾਵਾਂ ਕੋਈ ਛੋਟੇ ਤੋਂ ਛੋਟਾ ਉਹਨਾਂ ਦੀ ਇੱਜ਼ਤ ਕਰਨੀ ਸਿੱਖਣ, ਅਤੇ ਪੰਜਾਬ ਦੇ ਵਿੱਚ ਤੀਸਰਾ ਬਦਲ ਜਿਹੜਾ ਹੈਗਾ ਬਣਾਉਣ ਦਾ ਜੈਨੂਅਨ ਉਪਰਾਲਾ ਕਰਨ, ਨੋਟ ਜਸਟ 100 ਸੀਟ ਲੈ ਜਾਏਂਗੇ ਹਮ ਅਤੇ ਇੱਥੋਂ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਕੋਲੋਂ ਟਿਕਟਾਂ ਦੇ ਪੈਸੇ ਲੈ ਗਏ, ਕਿਸੇ ਨੇ ਪੁੱਛਿਆ ਹੀ ਨਹੀਂ ਯਾਰ ਅੱਜ ਤੱਕ, ਇਸ ਤਰ੍ਹਾਂ ਦਾ ਤਾਂ ਨਹੀਂ ਇਹ ਚੱਲ ਸਕਦੇ। ਹਾਂ, ਅਗਰ ਓਨੈਸਟਲੀ ਦੇ ਰਿਵਿਊ ਦੇਅਰ ਇੰਟਾਇਰ ਸਟ੍ਰੈਟਜੀ, ਔਰ ਜਿਹੜੇ ਪੰਜਾਬ ਦੇ ਵਿੱਚ ਵੈੱਲ ਮੀਨਿੰਗ ਲੋਕ ਨੇ, ਜਿਹਦੇ 'ਚ ਮੈਂ ਡਾਕਟਰ ਗਾਂਧੀ ਨੂੰ ਵੀ ਸਮਝਦਾ, ਜਿਹਦੇ 'ਚ ਬੈਂਸ ਬ੍ਰਦਰਸ ਵੀ ਲੜ ਰਹੇ ਨੇ, ਜਿਹਦੇ 'ਚ ਛੋਟੇਪੁਰ ਨੂੰ ਗਲਤ ਕੱਢਿਆ ਗਿਆ, ਜਾਂ ਇਸ ਤਰ੍ਹਾਂ ਦੇ ਲੋਕ ਜਿਹਨਾਂ ਦੇ ਨਾਲ ਜਿਹਨੂੰ ਕਹਿੰਦੇ ਕਿ ਅਪਮਾਨਜਨਕ ਰਵੱਈਆ ਸੀਗਾ, ਉਹਨਾਂ ਸਾਰਿਆਂ ਨੂੰ ਵਾਪਸ ਬੁਲਾਉਣ, ਬੈਠ ਕੇ ਬਾਇਜ਼ਤ ਤਰੀਕੇ ਨਾਲ ਟੇਬਲ 'ਤੇ ਗੱਲ ਕਰਨ, ਦੈਨ ਅਫਕੋਰਸ ਸਮਥਿੰਗ ਕੈਨ ਬੀ ਥੋਟ ਓਵਰ। ਮੈਨੂੰ ਨਹੀਂ ਲੱਗਦਾ, ਚਾਹੁੰਦੇ ਵੀ ਤੁਹਾਨੂੰ ਵੀ ਬੁਲਾਉਣ, ਤੁਹਾਨੂੰ ਤੁਸੀਂ ਵੀ ਆਸ ਰੱਖਦੇ ਹੋ ਕਿ ਬੁਲਾਉਣਗੇ ਤੁਹਾਨੂੰ ਜਾਂ ਚਾਹੁੰਦੇ ਹੋ? ਮੈਨੂੰ ਨਹੀਂ ਲੱਗਦਾ ਐਡੇ ਫਰਾਕ 'ਤੇ ਹੈਗੇ ਨੇ। ਹਾਂ, ਅਸੀਂ ਪੰਜਾਬ ਦੇ ਤੀਸਰੇ ਅੱਛੇ ਬਦਲ ਲਈ ਪਹਿਲਾਂ ਵੀ ਤਿਆਰ ਸੀਗੇ, ਅੱਜ ਵੀ ਤਿਆਰ ਹਾਂ। ਉਹ ਕਹਿੰਦੇ ਨੇ ਇਕੱਠੇ ਕਰ ਲਾਂਗੇ ਬੰਦਿਆਂ ਨੂੰ ਸਾਰੇ ਜਿਹੜੇ ਗਏ ਨੇ, ਪਰ ਸੁਖਪਾਲ ਖਹਿਰਾ ਨੂੰ ਤਾਂ ਕਿਸੇ ਕੀਮਤ 'ਤੇ ਨਹੀਂ। ਅਤੇ ਮੈਂ ਕਦੋਂ ਕਿਹਾ ਕਿ ਮੇਰੀਆਂ ਬਹੁਤ ਬਾਹਾਂ ਆਖਣੀਆਂ, ਮੈਂ ਕਿਹਾ ਕਦੇ ਕਰੋਗੇ ਕੀ ਫਿਰ ਤੁਸੀਂ? ਮਤਲਬ ਤੁਸੀਂ ਕਹਿੰਦੇ ਹੋ ਜੇ ਤੀਜਾ ਬਦਲ ਹੈ ਤਾਂ ਬਦਲ ਆਇਆ ਸੀ, ਉਹ ਬਹੁਤ ਵੱਡਾ ਹੋਣਾ ਔਖਾ ਕੰਮ ਹੈ, ਇੱਕ ਹੋਰ ਬਦਲ ਲੈ ਕੇ ਆਉਣਾ। ਅਤੇ ਸੁਖਪਾਲ ਸਿੰਘ ਖਹਿਰਾ ਸੱਚੀ ਮੁੱਚੀ ਜੇ ਮੁੱਦਿਆਂ ਦੀ ਗੱਲ ਕਰਦੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਮੁੱਦਿਆਂ 'ਤੇ ਲੜਦੇ, ਤਾਂ ਫਿਰ ਤੁਹਾਨੂੰ ਹੋਣਾ ਨਹੀਂ ਚਾਹੀਦਾ ਐਡਜਸਟਮੈਂਟ ਕਰਨ? ਤਾਂ ਇੱਦਾਂ ਦੀ ਕੋਈ ਗੱਲ ਹੀ, ਨੌਬਤ ਹੀ ਨਹੀਂ ਆਈ, ਕੋਈ ਸਿਚੁਏਸ਼ਨ ਹੋਊਗੀ ਆਪਾਂ ਉਸ ਵੇਲੇ ਡਿਸਾਈਡ ਕਰਾਂਗੇ। ਤੁਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤੀਸਰਾ ਬਦਲ, ਇਹ ਜਿਹੜੇ ਰਾਜਨੀਤੀ ਆ ਇਹ ਪਲ ਪਲ ਬਦਲਦੀ ਆ, ਵੋਟਰਸ ਦਾ ਕੁਝ ਪਤਾ ਹੁੰਦਾ? ਤੁਸੀਂ ਮੈਨੂੰ ਇੱਕ ਓਨੈਸਟਲੀ ਦੱਸੋ ਕਿ ਠੀਕ 10 ਕੁ ਮਹੀਨੇ ਪਹਿਲਾਂ ਮੋਦੀ ਨੇ ਦਿੱਲੀ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਕਰਾਤੀਆਂ ਨਹੀਂ ਕਰਾਤੀਆਂ ਸੀ? ਕੇਜਰੀਵਾਲ ਵੀ ਆਪਣੇ ਸੀਟ ਤੋਂ ਜ਼ਮਾਨਤ ਜ਼ਬਤ ਹੋਈ ਸੀ। ਆਫਟਰ 10 ਮੰਥਸ ਥਿੰਗਸ ਹੈਵ ਚੇਂਜਡ। ਸੋ ਪੰਜਾਬ ਦੇ ਹਲੇ 2 ਸਾਲ ਪਏ ਨੇ, ਯੂ ਨੈਵਰ ਨੋ ਪੰਜਾਬ ਦੇ ਵਿੱਚ
ਕਿੱਦਾਂ ਦਾ ਜਿਹੜਾ ਹੈਗਾ ਬਣਨਾ ਵਾ ਜਿਹੜਾ ਬਦਲ, ਕਿਹੜੇ ਕਿਹੜੇ ਲੋਕ ਇਹਦੇ ਭਾਈਵਾਲ ਹੋਣਗੇ, ਇਟ ਯੂ ਨੈਵਰ ਨੋ ਵਾਟ ਇਜ਼ ਗੋਇੰਗ ਟੂ ਹੈਪਨ। ਦੋ ਲੀਡਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ 'ਚ ਪੂਰਾ ਕਰੰਟ ਸੀ, ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ, ਦੋਨੇ ਹੁਣ ਕਿਸੇ ਖੁੰਝੇ 'ਚ ਬੈਠੇ ਨੇ, ਆਪਸ 'ਚ ਗੱਲ ਹੁੰਦੀ ਹੈ? ਖੁੰਝੇ 'ਚ ਤਾਂ ਨਹੀਂ ਬੈਠੇ, ਉੱਦਾਂ ਹੀ ਜਸਟ ਕਈ ਵਾਰੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਬਹੁਤਾ ਸਾਹ ਲੈਣ 'ਚ ਵੀ ਕੋਈ ਹਰਜ ਨਹੀਂ। ਮੈਂ ਤਾਂ ਆਲਮੋਸਟ ਦੋ ਦਹਾਕਿਆਂ ਤੋਂ ਜ਼ਿਆਦਾ ਦੱਬ ਕੇ ਲੜਾਈ ਲੜੀ ਹੈ, ਮਤਲਬ ਪਰਚੇ ਪਹਿਲਾਂ 6 ਅਕਾਲੀਆਂ ਨੇ, ਪਹਿਲੇ ਕਿਹਾ ਵੀ ਕਰੰਟ ਸੀਗਾ, ਹੁਣ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਨੇ ਮੈਨੂੰ ਸੁਪਰੀਮ ਕੋਰਟ ਤੱਕ ਡਰੱਗਸ ਦੇ ਮਾਮਲੇ 'ਚ ਘੜੀਸਿਆ ਵਾ। ਸੋ ਦੇਰ ਇਜ਼ ਨੋ ਹਾਰਮ ਟੇਕਿੰਗ ਏ ਰੈਸਟ, ਰੀਥਿੰਕਿੰਗ, ਇੰਟਰੋਸਪੈਕਟਿੰਗ। ਨਵਜੋਤ ਸਿੰਘ ਸਿੱਧੂ ਦੇ ਨਾਲ ਮੇਰੀ ਡਾਇਰੈਕਟਲੀ ਤਾਂ ਨਹੀਂ ਗੱਲ ਹੋਈ, ਲੇਕਿਨ ਥਰੂ ਸਮ ਕਾਮਨ ਫਰੈਂਡਸ ਮਾੜਾ ਮੋਟਾ ਸੁਨੇਹਾ ਵਗੈਰਾ ਹੁੰਦਾ ਰਹਿੰਦਾ, ਬਲਕਿ ਮੈਂ ਕੋਸ਼ਿਸ਼ ਕਰੂੰਗਾ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਮਿਲਾਂਗੇ। ਕਿਉਂ ਮਿਲੋਗੇ ਜੀ, ਕੀ ਉਹਨਾਂ ਤੋਂ ਕੀ ਆਸ ਰੱਖਦੇ ਹੋ, ਔਰ ਤੁਹਾਡਾ ਦੋਨਾਂ ਵੱਡੇ ਨਾਮਾਂ ਦਾ ਕੀ ਕੀ ਹੋ ਸਕਦਾ? ਨਹੀਂ, ਅਸੀਂ ਕੋਈ ਮੀਨਿੰਗਫੁਲ ਡਿਸਕਸ਼ਨ ਕਰਾਂਗੇ ਪੰਜਾਬ ਦੇ ਜਿਹੜੇ ਇਸ਼ੂਜ਼ ਹੈ ਇਹਨਾਂ ਦਾ ਰੈਜ਼ੋਲੂਸ਼ਨ ਕੀ ਹੈ। ਦੇਖੋ, ਸਭ ਤੋਂ ਵੱਡੀ ਗੱਲ ਪੰਜਾਬ ਵਾਸਤੇ ਹੈ ਕਿ ਇਹਨੂੰ ਆਰਥਿਕ ਮੰਦੀ 'ਚੋਂ ਕੱਢਿਆ ਜਾ ਸਕਦਾ ਕਿ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਜਦ ਤੱਕ ਸਾਡੇ ਕੋਲ ਫੰਡਸ ਨਹੀਂ ਗਏ ਉਦੋਂ ਤਾਂ ਨਾ ਅਸੀਂ ਸਕੂਲ ਠੀਕ ਕਰ ਸਕਦੇ, ਨਾ ਹੋਸਪਿਟਲ ਠੀਕ ਕਰ ਸਕਦੇ ਹਾਂ, ਨਾ ਸੜਕਾਂ ਬਣਾ ਸਕਦੇ, ਨਾ ਬਿਜਲੀ ਪੈਦਾ ਕਰ ਸਕਦੇ ਹਾਂ, ਨਥਿੰਗ ਕੈਨ ਬੀ ਡਨ। ਹੁਣ ਇਹਨੂੰ ਇਕਨੋਮਿਕਲੀ ਇਸ ਸਾਰੀ ਸਟੇਟ ਨੂੰ ਬਾਹਰ ਕਿੱਦਾਂ ਕੱਢਿਆ ਜਾਵੇ, ਇਹ ਸਭ ਤੋਂ ਵੱਡੀ ਚੁਣੌਤੀ ਹੈ। ਔਰ ਤੁਸੀਂ ਦੇਖੋਗੇ ਕਿ ਇੱਕ ਜਿਹੜਾ ਇਕਨੋਮਿਕ ਕ੍ਰੈਸ਼ ਡਾਊਨ ਹੋਇਆ ਪੰਜਾਬ ਦਾ, ਜਾਂ ਜਿਹੜਾ ਕਰਜ਼ਾ ਚੜਿਆ, ਇਹਦੇ ਕਰਕੇ ਕੀ ਸਭ ਤੋਂ ਵੱਡਾ ਅਸਰ ਪੈ ਗਿਆ ਸਾਡੇ ਨੌਜਵਾਨਾਂ 'ਤੇ? ਲੱਖਾਂ ਦੀ ਤਾਦਾਦ ਵਿੱਚ ਬੱਚੇ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ, ਔਰ ਉਹਨਾਂ ਨੇ ਹੋਰ ਸਗੋਂ ਐਡ ਕਰਤਾ। ਠੀਕ ਹੈ, ਉਹਨਾਂ ਨੇ ਆਪਣੇ ਭਵਿੱਖ ਬਣਾਉਣ ਦਾ ਉਹਨਾਂ ਨੂੰ ਅਧਿਕਾਰ ਹੈ, ਜਾਣਾ ਵੀ ਚਾਹੀਦਾ ਉਹਨਾਂ ਨੂੰ, ਔਰ ਅੱਛਾ ਹੋਇਆ ਕਿ ਪੰਜਾਬ 'ਚੋਂ 50-60 ਲੱਖ ਪੰਜਾਬੀ ਜਿਹੜੇ ਵਿਦੇਸ਼ਾਂ ਵਿੱਚ ਚਲੇ ਗਏ, ਉੱਥੇ ਉਹਨਾਂ ਨੇ ਆਪਣਾ ਨਾਮ ਬਣਾਇਆ। ਪਰ ਪੰਜਾਬ ਲਈ ਨੈਗੇਟਿਵ ਪਾਰਟ ਇਹ ਹੋ ਗਿਆ ਕਿ ਜਦੋਂ ਕੋਈ ਵੀ ਬੱਚਾ ਸਟੂਡੈਂਟ ਵੀਜ਼ਾ 'ਤੇ ਜਾਂਦਾ, ਜਾਂ ਲੈਟਸ ਏ PR ਜਾਂਦਾ, ਜਾਂ ਵਰਕ ਪਰਮਿਟ 'ਤੇ ਜਾਂਦਾ, ਉਹ 20-25 ਲੱਖ ਰੁਪਈਆ ਹਰ ਵਿਅਕਤੀ ਨਾਲ ਲੈ ਕੇ ਜਾ ਰਿਹਾ। ਤੁਸੀਂ ਅੰਦਾਜ਼ਾ ਲਓ, ਜੇ 1 ਲੱਖ ਆਦਮੀ ਪੰਜਾਬ 'ਚੋਂ ਹਰ ਸਾਲ ਵਿਦੇਸ਼ਾਂ ਵਿੱਚ ਜਾਵੇ, ਅਤੇ 1 ਲੱਖ ਆਦਮੀ 25-30 ਲੱਖ ਰੁਪਇਆ ਹਰ ਆਦਮੀ ਲੈ ਕੇ ਜਾਵੇ, ਇਹ ਹਜ਼ਾਰਾਂ ਕਰੋੜਾਂ ਰੁਪਏ ਦੀ ਇਕੋਨਮੀ ਜਿਹੜੀ ਪੰਜਾਬ ਦੀ, ਉਹ ਇਰੋਡ ਹੋ ਰਹੀ ਹੈ। ਜਿਹੜੇ ਨੌਜਵਾਨਾਂ ਨੇ ਸਾਡੇ ਪੰਜਾਬ ਨੂੰ ਖੜਾ ਕਰਨਾ ਸੀ, ਜਾਂ ਸਾਡੇ ਦੇਸ਼ 'ਤੇ ਕੰਮ ਕਰਨਾ ਸੀਗਾ, ਉਹ ਹੁਣ ਕੈਨੇਡਾ ਆਸਟ੍ਰੇਲੀਆ ਨੂੰ ਖੜਾ ਕਰ ਰਹੇ ਨੇ। ਉਹਨਾਂ ਜਿਹੜਾ 25 ਸਾਲ ਦਾ ਉੱਥੇ ਚਲੇ ਗਿਆ, ਉਹਨੇ 30-35 ਸਾਲ ਆਪਣੀ ਜ਼ਿੰਦਗੀ ਦੇ ਬੈਸਟ ਉਹਨਾਂ ਨੂੰ ਸਮਰਪਿਤ ਕਰ ਦੇਣੇ ਆ। ਇੱਥੋਂ ਇਹ ਨਜ਼ਰ ਆਉਂਦਾ ਕਿ ਪੰਜਾਬ ਇੱਕ ਬਹੁਤ ਅੱਜ ਕ੍ਰਿਟੀਕਲ ਹਾਲਾਤਾਂ 'ਚੋਂ ਨਿਕਲ। ਸੋ ਇਹਨੂੰ ਇਕਨੋਮਿਕਲੀ ਕਿੱਦਾਂ ਸੈਟਰਾਈਟ ਕਰਨਾ, ਇਹ ਸਭ ਤੋਂ ਵੱਡੀ ਚੁਣੌਤੀ ਆਉਣ ਵਾਲੇ ਸਮੇਂ 'ਚ। ਸਰਕਾਰ ਵੀ ਇਸ ਫਰੰਟ ਤੋਂ ਫੇਲ ਹੋਈ ਹੈ, ਕੈਪਟਨ ਅਮਰਿੰਦਰ ਸਿੰਘ 'ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ, ਉਹ ਨਹੀਂ ਕੀਤਾ ਹੋਇਆ, ਇਸ ਲਈ ਲੋਕ ਹੁਣ ਬਦਲ ਚਾਹੁਣਗੇ। 2022 ਦੀ ਸਿਆਸਤ, ਬਹੁਤ ਸਾਰੇ ਖੁੰਡ ਚਰਚਾ 'ਤੇ ਸਿਆਣੇ ਲੋਕ ਕਹਿੰਦੇ ਵੀ 2022 ਦੀ ਸਿਆਸਤ ਨਵਜੋਤ ਸਿੰਘ ਸਿੱਧੂ 'ਤੇ ਖੜੀ ਹੈ, ਤੁਹਾਨੂੰ ਲੱਗਦਾ ਵੀ ਉਸ ਇਕੱਲੇ ਸ਼ਖਸ 'ਤੇ ਸਿਆਸਤ ਖੜੀ ਹੈ? ਨਵਜੋਤ ਇੱਕ ਪੋਪੂਲਰ ਫਿਗਰ ਤਾਂ ਹੈ ਹੀ ਨਾ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਵਿਸ਼ੇਸ਼ ਤੌਰ 'ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਯੋਗਦਾਨ ਪਿਆ, ਇਮਰਾਨ ਖਾਨ ਨੇ ਜੋ ਇਹਨਾਂ ਦੀ ਇੱਜ਼ਤ ਕੀਤੀ ਔਰ ਲਾਂਘਾ ਖੁੱਲ੍ਹਿਆ, ਇਹ ਉਹਦੇ ਕ੍ਰੈਡਿਟ ਨੂੰ ਜਾਂਦਾ ਵਾ। ਪਲੱਸ ਐਜ਼ ਅ ਮਿਨਿਸਟਰ ਹੀ ਵਾਜ਼ ਫੇਅਰਲੀ ਯੂ ਨੋ ਗੁੱਡ ਐਂਡ ਬੇਦਾਗ ਹੋ ਕੇ ਆਪਣਾ ਕੰਮ ਕੀਤਾ। ਫਿਰ ਨਾਲ ਇੱਕ ਹੋਰ ਅੱਛੀ ਗੱਲ ਹੈ ਕਿ ਜਦੋਂ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਫਰਜ਼ ਕਰੋ ਕੀ ਕਹਿੰਦੇ ਹੁੰਦੇ ਆ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਕੁਇਟ ਕਰਤਾ। ਆਮ ਅੱਜ ਦੇਸ਼ ਦੇ ਵਿੱਚ ਪੋਲੀਟੀਕਲ ਆਦਮੀ ਵਜ਼ਾਰਤ ਵਗੈਰਾ ਨੂੰ ਤਾਂ ਲੱਭਦੇ ਫਿਰਦੇ ਨੇ, ਮਗਰ ਮਗਰ ਭੱਜਦੇ ਨੇ। ਸੋ ਉਹਦਾ ਇੱਕ ਅਕਸ ਜਿਹਾ ਪੰਜਾਬ ਦੇ ਵਿੱਚ ਚੰਗਾ ਬਣਿਆ। ਆਈ ਰਿਸਪੈਕਟ ਹਿਮ ਆਲਸੋ, ਮੇਰੇ ਮਿੱਤਰ ਹੀ ਕਹਿ ਸਕਦਾ, ਅਜ਼ੀਜ਼ ਨੇ। ਸੋ ਦੇਖਦੇ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਕਹਿੰਦੇ ਵੀ ਜਦੋਂ ਬਾਹਲੇ ਬੰਦੇ ਨੂੰ ਮਤਲਬ ਬਹੁਤ ਜ਼ੋਰ ਲਾ ਕੇ ਬੈਠ ਜਾਈਏ, ਅੱਖ ਜੇ ਨਹੀਂ ਚੁੱਕੇ ਰਾਜਨੀਤੀ ਤੋਂ ਦੁਬਾਰਾ ਆਉਂਗੇ, ਹੁਣ ਆਉਣ ਵਾਲੇ ਦਿਨਾਂ ਤੋਂ ਕੀ ਐਕਸਪੈਕਟ ਕਰ ਰਹੇ? ਬਿਲਕੁਲ ਤਿਆਰ ਬਰ ਤਿਆਰ ਹਾਂ, ਸਗੋਂ ਆ 3-4 ਮਹੀਨਿਆਂ ਦੇ ਵਿੱਚ ਯੂ ਨੋ ਆਈ ਹੈਵ ਡਨ ਮੈਨੀ ਅਦਰ ਥਿੰਗਸ ਵਿੱਚ ਆਮ ਗੋਇੰਗ ਟੂ ਬੀ ਮੋਰ ਯੂਜ਼ਫੁਲ।
ਮੈਂ ਐਕਟਿਵ ਰਹੂੰਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਟੇਟ ਵਾਸਤੇ ਅਗੇਨ ਇਸ਼ੂ ਬੇਸਡ ਮੁੱਦੇ ਜਿਹੜੇ ਨੇ ਜਿਹੜੇ ਫੈਕਟਸ ਦੇ ਨਾਲ ਅਸੀਂ ਲਿਆਵਾਂਗੇ, ਬਲਕਿ ਮੇਰੇ ਕੋਲ ਪੰਜਾਬ ਨੂੰ ਇਸ ਆਰਥਿਕ ਮੰਦੀ 'ਚੋਂ ਕੱਢਣ ਦਾ ਇੱਕ ਮਾਡਲ ਹੈਗਾ, ਆਈ ਐਮ ਸਟੱਡਿੰਗ ਦੈਟ, ਆਈ ਐਮ ਡੂਇੰਗ ਰਿਸਰਚ ਔਨ ਦੈਟ ਐਂਡ ਹੋਪਫੁਲੀ ਆਫਟਰ ਸਮ ਟਾਈਮ ਆਈ ਵਿਲ ਬੀ ਏਬਲ ਟੂ ਟੈਲ ਦ ਪੀਪਲ ਆਫ ਸਟੇਟ ਕਿ ਯੈਸ ਦਿਸ ਇਜ਼ ਵਨ ਸਲਿਊਸ਼ਨ ਦੈਟ ਆਈ ਹੈਵ। ਖੈਰ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ, ਜੇ ਅਗਰ ਕੋਈ ਅਸੀਂ ਮਾਡਲ ਤਿਆਰ ਕਰਦੇ ਹਾਂ ਦਿੱਲੀ ਦੇ ਵਿੱਚ, ਚਾਹੇ ਤੁਸੀਂ ਉਹਨਾਂ ਦੇ ਖਿਲਾਫ਼ ਵੀ ਹੋ, ਪਰ ਉੱਥੇ ਮਾਡਲ ਤਿਆਰ ਹੋਏ ਸੀ ਤਾਂ ਲੋਕਾਂ ਨੇ ਪਸੰਦ ਵੀ ਕੀਤੇ ਨੇ। ਆਖਰੀ ਸਵਾਲ ਹੈ, ਨਵਜੋਤ ਸਿੰਘ ਸਿੱਧੂ ਵਰਗੇ ਵੱਡੇ ਨਾਮ ਜਾਂ ਬੈਂਸ ਬ੍ਰਦਰ ਵਰਗੇ, ਤਾਂ ਉਹ ਜਿਹੜੇ ਨਾਮ ਨੇ ਉਹ ਆਮ ਆਦਮੀ ਪਾਰਟੀ ਜਾਣਗੇ, ਆਮ ਆਦਮੀ ਪਾਰਟੀ ਨੂੰ ਮਨਾਊਗੀ, ਤੁਹਾਨੂੰ ਕੀ ਲੱਗਦਾ? ਮੈਂ ਦੂਜਿਆਂ ਬਾਰੇ ਤਾਂ ਹਲੇ ਕੀ ਕਹਿ ਸਕਦਾ, ਹਲੇ ਦੇਖੋ ਕੱਲ੍ਹ ਪਰਸੋਂ ਰਿਜ਼ਲਟ ਆਏ ਨੇ, ਇੰਨੀ ਹਲੇ ਕਾਹਲੀ ਵੀ ਕੀ ਹੈਗੀ ਆ, ਲੈਟ ਅਸ ਸੀ ਹਾਉ ਦੇ ਵਾਟ ਸ਼ੁਡ ਆਈ ਸੇ ਬਿਹੇਵ, ਔਰ ਉਹ ਕਿਸ ਤਰ੍ਹਾਂ ਨਾਲ ਆਪਣੀ ਅਗਲੀ ਰਣਨੀਤੀ ਬਣਾਉਂਦੇ ਨੇ, ਕੀ ਆਪਣੇ ਉਹ ਜਿਹੜੇ ਹੈਗੇ ਨੇ ਦਿਲ ਖੋਲ੍ਹ ਕੇ ਚੱਲਦੇ ਨੇ, ਕੋਈ ਪੰਜਾਬ ਨੂੰ ਉਹਦੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਕੰਮ ਕਰਦੇ ਨੇ, ਜਾਂ ਉਹੀ ਲੀਡਰਸ਼ਿਪ ਦਾ ਸੈੱਟ ਰੱਖ ਕੇ ਪੰਜਾਬ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਨਗੇ ਤਾਂ ਕਾਮਯਾਬ ਨਹੀਂ ਹੋਣਗੇ। ਮੈਂ ਕਿਸੇ ਦਾ ਮੁਖਾਲਫ ਨਹੀਂ ਗਾ ਪਰਸਨਲੀ, ਬਟ ਯੂ ਨੋ ਭਗਵੰਤ ਮਾਨ ਨੇ ਇੱਕ ਗੱਲ ਤਾਂ ਨੈਗੇਟਿਵ ਕ੍ਰੀਏਟ ਕੀਤੀ ਸੀ ਨਾ, ਕਿ ਉਹਨੇ ਜਿਸ ਵਕਤ ਸਾਰੇ ਲੀਡਰਸ ਆਉਣਾ ਚਾਹੁੰਦੇ ਸੀ, ਮਨਪ੍ਰੀਤ ਸਿੰਘ ਬਾਦਲ ਜਾਂ ਨਵਜੋਤ ਸਿੰਘ ਸਿੱਧੂ, ਉਹਨਾਂ ਦੀ ਐਂਟਰੀ ਤਾਂ ਬਲੌਕ ਕੀਤੀ ਸੀ ਨਾ। ਈਵਨ ਮੈਨੂੰ ਵੀ ਜਦੋਂ ਲੋਕਾਂ ਨੇ ਮੋਟੀਵੇਟ ਕੀਤਾ ਕਿ ਆਮ ਆਦਮੀ ਪਾਰਟੀ ਜੁਆਇਨ ਕੇ, ਮੇਰੀ ਪੂਰੀ ਐਂਟਰੀ ਬਲੌਕ ਕੀਤੀ ਸੀਗੀ। ਉਹ ਗੱਲ ਅਲੱਗ ਹੈ, ਚਲੋ ਆਏ ਮੈਨੇਜ ਸਮਥਿੰਗ ਹੈਪਨ ਟਰਨਡ ਅਰਾਊਂਡ, ਅਸੀਂ ਜਾ ਕੇ ਉੱਥੇ ਪਾਰਟੀ ਸ਼ਾਮਿਲ ਹੋ ਗਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣਾ ਰਵੱਈਆ ਹੈ ਨਾ ਭਗਵੰਤ, ਇਹ ਚੰਗਾ ਨਹੀਂ ਗਾ। ਹੀ ਸ਼ੁਡ ਆਲਸੋ ਇੰਪਰੂਵ, ਬਿਕੋਜ਼ ਯੂ ਨੋ ਪੋਲੀਟੀਕਲ ਸਿਸਟਮ। ਭਗਵੰਤ ਮਾਨ ਮੁੱਖ ਮੰਤਰੀ ਬਣਨਾ ਚਾਹੁੰਦੇ ਤੁਸੀਂ ਕਹਿੰਦੇ? ਚਲੋ ਬਣ ਜਾਣ, ਮੈਂ ਕਦੇ ਰੋਕਿਆ ਕਿਸੇ ਨੂੰ? ਇਹ ਤਾਂ ਫਿਰ ਕੇਜਰੀਵਾਲ ਨੂੰ ਉਹਦਾ ਜੇ ਭਗਵੰਤ 'ਤੇ ਭਰੋਸਾ ਸੀਗਾ ਤਾਂ ਫਿਰ ਭਗਵੰਤ ਦਾ ਨਾਮ ਕਿਉਂ ਨਹੀਂ ਪ੍ਰੋਜੈਕਟ ਕੀਤਾ ਅਰਵਿੰਦ ਕੇਜਰੀਵਾਲ ਨੇ? ਅਸੀਂ ਤਾਂ ਮੈਂ ਤਾਂ ਜਦੋਂ ਪਾਰਟੀ 'ਚ ਆਇਆ ਕਦੇ ਬਿਨਾਂ ਸ਼ਰਤ ਤੋਂ ਐਂਟਰੀ ਕੀਤੀ ਸੀ, ਸਾਡੇ ਵੱਲੋਂ ਭਾਵਾਂ ਫੂਲਕਾ ਸਾਹਿਬ ਨੂੰ ਚਿਹਰਾ ਬਣਾ ਦਿੰਦੇ, ਸਾਡੇ ਵੱਲੋਂ ਭਗਵੰਤ ਨੂੰ ਬਣਾ ਦਿੰਦੇ, ਸਾਡੇ ਵੱਲੋਂ ਕਿਸੇ ਹੋਰ ਨੂੰ ਬਣਾ ਦਿੰਦੇ, ਵੀ ਹੈਡ ਨੋ ਇਨਹਿਬਿਸ਼ਨ ਐਟ ਆਲ। ਪਰ ਉਹਨਾਂ ਨੇ ਇਹਨਾਂ 'ਤੇ ਨਹੀਂ ਯਕੀਨ ਕੀਤਾ, ਜਿੱਥੋਂ ਤੱਕ ਮੇਰੀ ਜੋ ਮੈਂ ਬੋਡੀ ਲੈਂਗੁਏਜ ਦੇਖ ਰਿਹਾ, ਉਹਨਾਂ ਨੂੰ ਅੱਜ ਵੀ ਇਹਨਾਂ 'ਤੇ ਯਕੀਨ ਨਹੀਂ ਗਾ, ਉਹ ਸਾਰਾ ਕੁਝ ਆਪਣੇ ਹੱਥਾਂ 'ਚ ਰੱਖਣਾ ਚਾਹੁੰਦੇ ਨੇ। ਤਾਂ ਹੀ ਮੈਂ ਕਿਹਾ ਨਾ ਕਿ ਜਿਸ ਢੰਗ ਨੂੰ ਮੈਂ ਕਲੋਜ਼ਲੀ ਉਹਨਾਂ ਨੂੰ ਵਾਚ ਕੀਤਾ, ਦੇ ਆਰ ਨੋ ਡਿਫਰੈਂਟ ਫਰੋਮ ਦਿਸ ਹਾਈ ਕਮਾਂਡ ਕਲਚਰ ਆਫ ਕਾਂਗਰਸ ਐਂਡ ਬੀਜੇਪੀ। ਖੈਰਾ ਸਾਹਿਬ, ਸ਼ਾਹੀਨ ਬਾਗ ਦੇ ਵਿੱਚ ਬਹੁਤ ਵੱਡੀ ਮਤਲਬ ਬਹੁਤ ਵੱਡਾ ਪ੍ਰਦਰਸ਼ਨ ਹੋ ਰਿਹਾ, ਜਿਹੜਾ ਸਾਰੇ ਦੇਸ਼ ਦੀ ਨਿਗਾਹ, ਈਵਨ ਇੰਟਰਨੈਸ਼ਨਲੀ ਲੋਕ ਉਹਨੂੰ ਦੇਖ ਰਹੇ ਨੇ, ਅਤੇ ਉਹ ਚਿੰਤਾਜਨਕ ਵੀ ਹੈ ਸ਼ਾਹੀਨ ਲੋਕਾਂ ਦਾ ਐਡੇ ਐਡੇ ਵੱਡੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ, ਸ਼ਾਹੀਨ ਬਾਗ 'ਤੇ ਕੀ ਸਟੈਂਡ ਹੈ ਸੁਖਪਾਲ ਖੈਰਾ? ਬਿਲਕੁਲ, ਬਹੁਤ ਮੈਂ ਸਲੂਟ ਕਰਦਾ ਇੱਦਾਂ ਦੇ ਲੋਕਾਂ ਨੂੰ ਯਾਰ, ਮੈਂ ਨੌਜਵਾਨਾਂ ਨੂੰ ਸਲੂਟ ਕਰਦਾ, ਮੈਂ JNU ਦੇ ਸਟੂਡੈਂਟਸ ਨੂੰ ਸਲੂਟ ਕਰਦਾ, ਯੂਨੀਵਰਸਿਟੀਆਂ ਦੇ ਵਿੱਚ ਅਕਰੋਸ ਦ ਨੇਸ਼ਨ ਜਿਹੜੀਆਂ ਗੱਲਾਂ ਓਪੋਜੀਸ਼ਨ ਨੇ ਇਸ ਦੇਸ਼ ਦੀਆਂ ਨਹੀਂ ਰੋਕ ਸਕੀਆਂ BJP ਦੇ ਗਲਤ ਬਿੱਲਸ ਨੂੰ ਜਾਂ ਗਲਤ ਕਾਨੂੰਨਾਂ ਨੂੰ, ਉਹ ਨੌਜਵਾਨ ਹੀ ਖੜ੍ਹੇ ਹੋ ਗਏ, ਆਪੇ ਹੀ ਪਬਲਿਕ ਹੀ ਆਪ ਖੜ੍ਹੀ ਹੋ ਗਈ। ਸ਼ਾਹੀਨ ਬਾਗ ਦੇ ਵਿੱਚ ਔਰਤਾਂ ਦੇਖੋ ਕਿੱਥੋਂ ਤੱਕ ਲੜ ਰਹੀਆਂ ਨੇ, ਔਰ ਮੈਂ ਸਮਝਦਾ ਕਿ BJP ਨੂੰ ਜਿਹੜੇ ਆਪਣੇ ਕੋਈ ਗਲਤ ਕੰਮ ਕੀਤੇ ਰਿਵਿਊ ਕਰ ਲੈਣੇ ਚਾਹੀਦੇ, ਗਲਤ ਕੀ ਹੈ ਇਹਦੇ 'ਚ? ਅਗਰ ਤੁਹਾਡੇ ਬਿੱਲਸ ਹੀ ਜਿਹੜੇ ਤੁਹਾਡੇ ਕਾਨੂੰਨ ਅਨਪੋਪੂਲਰ ਨੇ, ਤਾਂ ਤੁਸੀਂ ਉਹਨਾਂ ਨੂੰ ਵਾਪਸ ਲੈ ਲਓ। ਇੰਨੀ ਤਿਆਰੀ ਨੂੰ ਤਾਂ ਕਹਿੰਦੇ ਦੇਸ਼ ਦੇ ਗੱਦਾਰ ਨੇ, ਉਹਨਾਂ ਨੂੰ ਗੋਲੀ ਮਾਰੋ, ਨਹੀਂ ਗਲਤ ਗੱਲ ਹੈ ਬਿਲਕੁਲ। ਮੈਂ ਤਾਂ ਇਨਫੈਕਟ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਵੀ ਲੀਡਰਸ ਨੂੰ ਪਬਲਿਕ ਸੇਫਟੀ ਐਕਟ ਲਾ ਕੇ, ਪਤਾ ਨਹੀਂ ਕਿੱਧਰੋਂ ਕਿੱਧਰੋਂ ਮਨ ਘੜਤ ਜੇ ਇਲਜ਼ਾਮ ਲਾ ਕੇ ਉਹਨਾਂ ਨੂੰ ਨਜ਼ਰਬੰਦ ਕਰਤਾ, ਇਹ ਵੀ ਗਲਤ ਆ, ਦਿਸ ਇਜ਼ ਅਨਡੈਮੋਕ੍ਰੈਟਿਕ। ਔਰ ਮਾਈ ਸਟੈਂਡ, ਅਸੀਂ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਤਾਂ ਖਿਲਾਫ਼ ਹੈਗਾ ਹੀ ਹੈਗਾ, ਮੈਂ NRC ਦੇ ਵੀ ਖਿਲਾਫ਼ ਆ, ਮੈਂ ਜਿਹੜਾ 370 ਐਬਰੋਗੇਟ ਕੀਤਾ ਇਹ ਵੀ ਗਲਤ ਸੀਗਾ। ਇਨ ਦ ਲੌਂਗ ਰਨ ਯੂ ਵਿਲ ਰਿਅਲਾਈਜ਼, ਬਿਕੋਜ਼ ਯੂ ਨੋ ਇਹ ਇੱਕ ਦੇਸ਼ ਦੀ ਕਮਿਟਮੈਂਟ ਸੀਗੀ, ਜਦੋਂ ਜੰਮੂ ਕਸ਼ਮੀਰ ਨੂੰ ਇੰਡੀਆ ਦੇ ਨਾਲ ਐਕਸੀਡ ਕੀਤਾ ਗਿਆ ਉਦੋਂ ਲਿਖਤੀ ਵਾਅਦਾ ਕੀਤਾ ਗਿਆ, ਔਰ ਉਹਦੀ ਕੌਂਸਟੀਟਿਊਸ਼ਨਲ ਗਰੰਟੀ ਪਾਈ ਗਈ ਸੀ। ਠੀਕ ਹੈ, BJP ਕੋਲ ਮੈਂਡੇਟ ਆ ਗਿਆ,
ਪਰ ਤੁਸੀਂ ਆਪਣੇ ਲਿਖਤੀ ਵਾਅਦੇ ਤੋਂ ਮੁੱਕ ਰਹੇ ਹੋ। ਉਹ ਇਕੱਲਾ ਬੀਜੇਪੀ ਦਾ ਵਾਅਦਾ ਥੋੜ੍ਹਾ ਸੀਗਾ, ਉਹ ਤਾਂ ਇਸ ਦੇਸ਼ ਦੇ ਆਮ ਆਵਾਮ ਦਾ ਵਾਅਦਾ ਸੀਗਾ। ਔਰ 370 ਖੋਣ ਤੋਂ ਬਾਅਦ ਹੁਣ ਦੇਖ ਲਓ 7 ਮਹੀਨੇ ਹੋ ਚੱਲੇ ਨੇ, ਅੱਜ ਤੱਕ ਕਸ਼ਮੀਰ ਖੁੱਲਿਆ ਨੀਗਾ। ਇਹ ਕਿੱਥੋਂ ਦੀ ਰਾਜਨੀਤੀ ਹੈਗੀ ਆ, ਦੋ ਟੋਟੇ ਕਰ ਦਿੱਤੇ ਉਹਦੇ 'ਚ। ਜੇ ਆਪਾਂ ਅਸੂਲਨ ਦੇਖੀਏ ਤਾਂ ਸਭ ਕੁਛ ਦਿੱਲੀ ਦੇ ਕਹਿਣ 'ਤੇ ਚੱਲ ਰਿਹਾ ਸੀ। ਜੰਮੂ ਕਸ਼ਮੀਰ 'ਚ ਮੁੱਖ ਮੰਤਰੀ ਇਹਨਾਂ ਦੀ ਮਰਜ਼ੀ ਨਾਲ ਬਣਦਾ ਸੀਗਾ, ਗਵਰਨਰ ਇਹ ਲਾ ਦਿੰਦੇ ਸੀਗੇ, DGP ਇਹਨਾਂ ਦੀ ਮਰਜ਼ੀ ਨਾਲ ਲੱਗਦਾ ਸੀ। 370 ਤਾਂ ਪਹਿਲਾਂ ਉਡਾਇਆ ਹੋਇਆ ਸੀ ਇਹਨਾਂ ਨੇ ਕਾਗਜ਼ਾਂ 'ਚ, ਲੇਕਿਨ ਉਹਨਾਂ ਦੀ ਤੋਹੀਨ ਕੀਤੀ ਆ। ਯੂ ਨੋ ਵੈਨ ਯੂ ਹਿਊਮੀਲੇਟ ਸੰਬਡੀ ਇਟ ਨੈਵਰ ਗੋਜ਼ ਵੈਲ। ਔਰ ਜੋ ਕੁਛ ਪਿਛਲੇ ਸਮੇਂ 'ਚ BJP ਨੇ ਜਿਹੜਾ ਪਿਛਲੇ ਚਾਹੇ ਕੌ ਲਿੰਚਿੰਗ ਆ, ਚਾਹੇ ਉਹ ਹੋਰ ਜ਼ਾਤ ਪਾਤ ਧਰਮ ਦੀਆਂ ਗੱਲਾਂ ਕੀਤੀਆਂ, ਇਹ ਦੇਸ਼ ਲਈ ਲੰਬੇ ਸਮੇਂ ਲਈ ਚੰਗੀਆਂ ਗੱਲਾਂ ਨਹੀਂ ਗੀਆਂ। ਬਿਕੋਜ਼ ਇੰਡੀਆ ਬੇਸਿਕਲੀ ਇਜ਼ ਅ ਡਾਇਵਰਸ ਕੰਟਰੀ, ਐਵਰੀ 100 miles ਇੰਡੀਆ ਦਾ ਦੀ ਜ਼ੁਬਾਨ ਬਦਲਦੀ ਆ, ਉਹਦਾ ਪਹਿਰਾਵਾ ਬਦਲਦਾ, ਉਹਦਾ ਸੱਭਿਆਚਾਰ ਬਦਲਦਾ ਵਾ, ਧਰਮ ਬਦਲਦਾ ਵਾ, ਅਤੇ ਤੁਸੀਂ ਸਗੋਂ ਸਭ ਨੂੰ ਆਜ਼ਾਦੀ ਦਿਓ। ਦੇਖੋ ਅਮੈਰੀਕਾ ਫਿਰ ਉਹਨਾਂ ਨੇ ਉਹਨਾਂ ਦੀ ਐਸੀ ਰਾਜਨੀਤੀ ਨੂੰ ਹੀ ਕੇਜਰੀਵਾਲ ਨੇ ਜਵਾਬ ਦਿੱਤਾ ਨਾ, ਉਹ ਚੰਗੀ ਰਾਜਨੀਤੀ ਦਾ ਇੱਕ ਸੁਨੇਹਾ ਆਇਆ ਫਿਰ। ਕੇਜਰੀਵਾਲ ਕਹਿੰਦੇ ਵਿੱਚ ਜਿਹੜੀ ਕੇਜਰੀਵਾਲ ਨੇ ਰਾਜਨੀਤੀ ਕੀਤੀ ਉਹ ਚੰਗੀ ਆਈ ਹੈ, 370 ਦੀ ਸਪੋਰਟ ਕੀਤੀ ਆ। ਮੈਂ ਖਿਆਲ CAA ਦੇ ਉੱਤੇ ਵੀ ਬੜੇ ਗੁੰਮ ਸੁੰਮ ਜੇ ਰਹੇ, ਟਵਿੱਟਰ ਤੇ ਫਿਰ ਵਧਾਈ ਦਿੱਤੀ। ਚਲੋ ਹਾਂ, ਉਹਨੂੰ ਵਧਾਈ ਦਿੱਤੀ ਮੋਦੀ ਨੂੰ। ਸੋ ਬੇਸਿਕਲੀ ਕੇਜਰੀਵਾਲ ਆਈ ਥਿੰਕ ਪਲੇਡ ਸਮਾਰਟ ਟੂ ਦੀ ਐਕਸਟੈਂਟ ਕਿ ਉਹਨੇ ਆਪਣੇ ਲੋਕਲ ਇਸ਼ੂਜ਼ 'ਤੇ ਜ਼ਿਆਦਾ ਤਰਜੀਹ ਦਿੱਤੀ। BJP ਨੇ ਧਰਮ ਦੇ ਉੱਤੇ ਜਾ ਕੇ ਜਾਂ ਐਂਟੀ ਸ਼ਾਹੀਨ ਬਾਗ ਇੱਕ ਮਾਹੌਲ ਕ੍ਰੀਏਟ ਕੀਤਾ, ਉਹ ਕਿਤੇ ਨਾ ਕਿਤੇ ਰਿਬਾਊਂਡ ਕੀਤਾ। ਚੰਗੇ ਕੰਮਾਂ ਦੇ ਨਾਲ ਨਾਲ BJP ਦਾ ਵੀ ਮੇਰੇ ਖਿਆਲ ਕਾਫੀ ਵਿਰੋਧ ਹੋਇਆ ਵਾ। ਤੁਸੀਂ ਤੁਹਾਨੂੰ ਆਮ ਆਦਮੀ ਪਾਰਟੀ ਕੱਲ੍ਹ ਨੂੰ ਆ ਕੇ ਮਨਾਉਂਦੀ ਹੈ ਤਾਂ ਕਿਹੜੀਆਂ ਸ਼ਰਤਾਂ 'ਤੇ ਮੰਨੋਗੇ? ਸੌਖੇ ਚਲੇ ਜਾਓਗੇ ਕਿ ਉਹ ਪੁਰਾਣੀਆਂ ਸ਼ਰਤਾਂ 'ਤੇ ਅੜੋਗੇ? ਦੇਖੋ ਇੱਦਾਂ ਮੇਰਾ ਪਰਸਨਲ ਇੰਡੀਵਿਜੁਅਲ ਕੁਛ ਨਹੀਂ ਗਾ। ਅਸੀਂ ਨਾ ਇੱਕ ਜਦੋਂ ਆਮ ਆਦਮੀ ਪਾਰਟੀ ਤੋਂ ਨਿਕਲੇ ਹਾਂ, ਅਸੀਂ ਬਠਿੰਡੇ ਇਕੱਠ ਕੀਤਾ ਸੀਗਾ, ਉਹਦੇ 6 ਮਤੇ ਪਾਸ ਕੀਤੇ ਹੋਏ ਨੇ। ਇੱਦਾਂ ਟਸ ਤੋਂ ਮਸ ਨਹੀਂ ਹੋ ਸਕਦੇ, ਉਹਨਾਂ 6 ਮਤੇ ਨੂੰ ਵਾਈ ਨੋਟ। ਅਸੀਂ ਪਬਲਿਕ ਇੰਨੇ ਹਜ਼ਾਰਾਂ ਲੋਕਾਂ ਦੇ ਨਾਲ ਪਬਲਿਕ ਕਮਿਟਮੈਂਟ ਕੀਤੀ ਆ, ਮੇਰਾ ਪਰਸਨਲ ਕੁਛ ਨਹੀਂ ਗਾ। ਅਸੀਂ ਉਹ ਗੱਲ ਔਰ ਉਹਦੇ 'ਚ ਮਤੇ ਕੋਈ ਇਹ ਥੋੜ੍ਹਾ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਪਾਕਿਸਤਾਨ ਲੈ ਚੱਲੇ ਹਾਂ। ਅਸੀਂ ਇਹ ਕਹਿੰਦੇ ਸੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਧਰਤੀ 'ਤੇ ਆਪਣੇ ਫੈਸਲੇ ਕਰਨ ਦਾ ਅਧਿਕਾਰ ਦੇ ਦਿਓ, ਇਹੀ ਮੰਗਦੇ ਹਾਂ, ਡੈਮੋਕ੍ਰੇਸੀ ਮੰਗਦੇ ਸੀਗੇ। ਇਹ ਤਾਂ ਸਵਰਾਜ ਦੇ ਮੁਦੇਈ ਸੀ, ਕਹਿੰਦੇ ਸੀ ਹਮ ਹਰ ਕਾਮ ਲੋਕਾਂ ਸੇ ਪੁੱਛ ਕੇ ਕੀਆ ਕਰੇਂਗੇ, ਤਾਂ ਅਸੀਂ ਤਾਂ ਉਹੀ ਮੰਗਦੇ ਜਿਹੜਾ ਇਹਨਾਂ ਦਾ ਸਵਰਾਜ ਮਾਡਲ ਸੀਗਾ। ਕੋਈ ਮੌਕਾ ਆਊਗਾ ਗੱਲ ਕਰਨਗੇ, ਦੈਨ ਵੀ ਵਿਲ ਸੀ 1-to-1 ਐਜ ਇਕੁਅਲ ਪਾਰਟਨਰਸ ਇਨ ਦਾ ਸੈਂਸ। ਸਭ ਤੋਂ ਵੱਡਾ ਮੈਂ ਪਹਿਲਾਂ ਤੁਹਾਨੂੰ ਕਿਹਾ ਸੀਗਾ ਕਿ ਮੇਰੇ ਲਈ ਸੈਲਫ ਰਿਸਪੈਕਟ ਇੰਪੋਰਟੈਂਟ ਆ, ਅਹੁਦੇ ਦੂਜੇ ਤੀਜੇ ਆਲ ਸੈਕੰਡਰੀ, ਕੋਈ ਸ਼ਰਤ ਇੱਦਾਂ ਦੀ ਨਹੀਂਗੀ। ਸੈਲਫ ਰਿਸਪੈਕਟ ਐਂਡ ਦ ਸਟੇਟ ਆਫ ਪੰਜਾਬ, ਇਟਸ ਬਰਨਿੰਗ ਇਸ਼ੂਜ਼, ਇੱਥੋਂ ਦੇ ਜਨਤਾ ਦੇ ਜਿਹੜੇ ਮਸਲੇ ਨੇ, ਦੇ ਆਰ ਪ੍ਰਾਈਮ ਇੰਪੋਰਟੈਂਟ ਫਾਰ ਅਸ। ਠੀਕ ਆ, ਦਿੱਲੀ ਆਪਣੇ ਥਾਂ ਦੇ ਹੋਊਗੀ, ਲੇਕਿਨ ਜੋ ਸਾਡਾ ਸੂਬਾ ਵਾ, ਅਸੀਂ ਆਪਣੇ ਸੂਬੇ ਦੇ ਹਿੱਤ ਪਹਿਲ ਦੇ ਆਧਾਰ 'ਤੇ ਦੇਖਣੇ। ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦਿੱਤਾ। ਸ਼ੁਕਰੀਆ ਜੀ, ਸ਼ੁਕਰੀਆ। ਇਹ ਸਨ ਜੀ ਸੁਖਪਾਲ ਸਿੰਘ ਖਹਿਰਾ, ਇਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਅਗਰ ਸਾਡੇ ਮੇਰੇ ਤੱਕ ਪਹੁੰਚ ਵੀ ਕਰਦੀ ਹੈ ਤਾਂ ਜਿਹੜੇ ਇਹਨਾਂ ਦੇ ਪਹਿਲੇ ਫੈਸਲੇ ਨੇ, ਦਰਅਸਲ ਜਿਨ੍ਹਾਂ ਫੈਸਲੇ 'ਤੇ ਨਾਰਾਜ਼ ਹੀ ਹੋਏ ਸੀ ਉਹਨਾਂ 'ਤੇ ਉਹ ਟਸ ਤੋਂ ਮਸ ਨਹੀਂ ਹੋਣਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਹ ਕਹਿੰਦੇ ਨੇ ਕਿ ਮੈਂ ਹਾਲੇ ਵੀ ਐਕਟਿਵ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਆਉਣ ਵਾਲਾ ਸਮਾਂ ਦੱਸੇਗਾ। ਮੈਂ ਕੈਮਰਾਮੈਨ ਗੌਰਵ ਦੇ ਨਾਲ, ਮੈਂ ਗੁਰਪਾਲ ਸਿੰਘ ਬਰਾੜ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156-0885 'ਤੇ।